ਉਹ ਫਿਰ ਕੇਸ ਚੱਲਿਆ ਤਕਰੀਬਨ 26-27 ਜਿਹੜੀਆਂ ਪੇਸ਼ੀਆਂ ਉਹ ਸਾਰੀਆਂ ਭੁਗਤਣੀਆਂ ਪਈਆਂ ਸਾਨੂੰ ਉਹ ਕੇਸ ਮੈਂ ਆਪਣੇ ਹੱਥਾਂ 'ਚ ਲਿਆ ਸੀ ਉਸ ਟਾਈਮ ਦੇ ਉੱਤੇ ਸਾਰੇ ਜਿਹੜੇ ਲੜਕੇ ਸੀ ਉਹਦੀ ਫਾਂਸੀ ਮਾਫ਼ ਹੋ ਚੁੱਕੀ ਸੀ ਇਹਨਾਂ 'ਚੋਂ 11 ਲੜਕੇ ਸਾਡੇ ਪੰਜਾਬ ਦੇ, ਇੱਕ ਲੜਕਾ ਕੁਰੂਕਸ਼ੇਤਰ ਦਾ, 2 ਪਾਕਿਸਤਾਨ ਜਿਹੜੇ ਡਰਾਈਵਰ ਸੀਗੇ। ਜਦੋਂ ਵੀ ਗੱਲ ਸਿੱਖਾਂ ਵੱਲੋਂ ਕੀਤੀ ਮਦਦ ਦੀ ਆਵੇ ਤਾਂ ਉਸਦੇ ਵਿੱਚੋਂ ਕਿਸੇ ਵੀ ਭੇਦਭਾਵ ਦੀ ਬੂ ਨਹੀਂ ਆਉਂਦੀ। ਡਾਕਟਰ ਐਸਪੀ ਸਿੰਘ ਓਬਰਾਏ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ। ਜੀ ਹਾਂ, ਉਹੀ ਡਾਕਟਰ ਸਾਹਿਬ ਜਿਹੜੇ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਨੂੰ ਛੁਡਵਾਉਣ ਲਈ ਜਾਣੇ ਜਾਂਦੇ ਨੇ। ਹੁਣ ਤੱਕ ਸਰਦਾਰ ਸਾਹਿਬ ਅਨੇਕਾਂ ਨੌਜਵਾਨਾਂ ਦੀ ਬਲੱਡ ਮਨੀ ਦੇ ਕੇ ਉਹਨਾਂ ਨੂੰ ਵਿਦੇਸ਼ਾਂ ਵਿੱਚੋਂ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਏ ਨੇ। ਅਤੇ ਹੁਣ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਗਰੀਬਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ, ਹਸਪਤਾਲਾਂ ਵਿੱਚ ਮਾਸਕ ਅਤੇ PPE ਕਿੱਟਾਂ ਵੰਡੀਆਂ ਜਾ ਰਹੀਆਂ ਨੇ, ਕਰੋੜਾਂ ਰੁਪਏ ਖਰਚੇ ਜਾ ਰਹੇ ਨੇ, ਤਾਂ ਅਜਿਹੇ ਵਿੱਚ ਡਾਕਟਰ ਐਸਪੀ ਸਿੰਘ ਓਬਰਾਏ ਹੋਰਾਂ ਨੇ ਇੱਕ ਨਵੀਂ ਸੇਵਾ ਕੀਤੀ ਹੈ। ਜੀ ਹਾਂ, ਇਸ ਵਾਰ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ 75 ਲੱਖ ਰੁਪਏ ਦੀ ਬਲੱਡ ਮਨੀ ਖਰਚ ਕੇ ਦੁਬਈ ਵਿੱਚੋਂ 14 ਨੌਜਵਾਨਾਂ ਨੂੰ ਬਚਾਇਆ ਗਿਆ। ਦਰਅਸਲ ਇਹਨਾਂ 14 ਨੌਜਵਾਨਾਂ ਨੂੰ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਅਤੇ ਇਹ 14 ਨੌਜਵਾਨ ਭਾਰਤੀ ਹੀ ਨਹੀਂ ਬਲਕਿ ਇਹਨਾਂ ਵਿੱਚੋਂ 2 ਨੌਜਵਾਨ ਪਾਕਿਸਤਾਨੀ ਵੀ ਨੇ। ਡਾਕਟਰ ਸਾਹਿਬ ਨੇ ਬਿਨਾਂ ਕਿਸੇ ਭੇਦਭਾਵ ਦੇ ਪਾਕਿਸਤਾਨੀ ਨੌਜਵਾਨਾਂ ਸਮੇਤ ਸਾਰਿਆਂ ਦੀ ਬਲੱਡ ਮਨੀ ਦੇ ਦਿੱਤੀ, ਅਤੇ ਇਹਨਾਂ ਵਿੱਚੋਂ 9 ਭਾਰਤੀ ਅਤੇ 2 ਪਾਕਿਸਤਾਨੀ ਰਿਹਾਅ ਹੋ ਕੇ ਵਤਨ ਵਾਪਿਸ ਆ ਗਏ ਨੇ, ਅਤੇ ਡਾਕਟਰ ਸਾਹਿਬ ਦੇ ਮੁਤਾਬਿਕ ਬਾਕੀ ਬਚੇ 3 ਨੌਜਵਾਨ ਵੀ ਵਾਪਿਸ ਆ ਜਾਣਗੇ। 31 ਦਸੰਬਰ 2015 ਨੂੰ ਸ਼ਾਰਜਾ ਵਿੱਚ ਇੱਕ ਝਗੜਾ ਹੋਇਆ ਸੀ, ਜਿਹਦੇ ਵਿੱਚ ਕੁਝ 14 ਲੋਕ ਸੀ ਸਾਡੇ ਪੰਜਾਬ ਦੇ, ਹਰਿਆਣਾ, ਅਤੇ 2 ਲੜਕੇ ਪਾਕਿਸਤਾਨ ਦੇ ਸੀ, ਅਤੇ ਉਹਨਾਂ 2 ਮਰਡਰ ਹੋ ਗਏ ਸੀ। ਅਸ਼ਰਫ ਅਲੀ ਜੋ ਕਿ ਸਾਡੇ ਇੱਥੇ ਪੱਟੀ ਘੰਟਾ ਘਰ ਸਮਰਾਏ ਦਾ ਰਹਿਣ ਵਾਲਾ, ਡਿਸਟ੍ਰਿਕਟ ਜਲੰਧਰ, ਦੂਸਰਾ ਲੜਕਾ ਜਿਹੜਾ ਵਰਿੰਦਰਪਾਲ ਸਿੰਘ ਉਹ ਪੰਡੋਰੀ, ਡਿਸਟ੍ਰਿਕਟ ਕਪੂਰਥਲਾ ਦਾ ਰਹਿਣ ਵਾਲਾ ਸੀ। ਸੋ ਇਹਨਾਂ ਦੋਨਾਂ ਦਾ ਮਰਡਰ ਹੋ ਗਿਆ ਸੀ। ਉਹ ਫਿਰ ਕੇਸ ਚੱਲਿਆ ਤਕਰੀਬਨ 26-27 ਜਿਹੜੀਆਂ ਪੇਸ਼ੀਆਂ ਉਹ ਸਾਰੀਆਂ ਭੁਗਤਣੀਆਂ ਪਈਆਂ ਸਾਨੂੰ, ਉਹ ਕੇਸ ਮੈਂ ਆਪਣੇ ਹੱਥਾਂ 'ਚ ਲਿਆ ਸੀ ਉਸ ਟਾਈਮ ਦੇ ਉੱਤੇ। ਅਤੇ ਕੱਲ੍ਹ ਜਿਹੜੇ ਲੜਕੇ ਨੇ ਇਹ ਤਕਰੀਬਨ ਇਹਨਾਂ 'ਚੋਂ, ਇਸ ਤੋਂ ਪਹਿਲਾਂ ਜਿਹੜਾ ਕਿ ਅਸੀਂ 24-10-2018 ਦੇ ਵਿੱਚ ਕੰਪਰੋਮਾਈਜ਼ ਕਰਾ ਕੇ ਬਲੱਡ ਮਨੀ ਪੇ ਕਰ ਦਿੱਤੀ ਗਈ ਸੀ ਉਹਨਾਂ ਦੀ ਫੈਮਿਲੀਜ਼ ਨੂੰ, ਅਤੇ ਇਹ ਪੇਪਰ ਜਿਹੜੇ ਸੀ ਮੈਂ ਉੱਥੇ ਕੋਰਟ 'ਚ ਸਬਮਿਟ ਕਰ ਦਿੱਤੇ ਸੀ। ਉਸ ਤੋਂ ਬਾਅਦ ਫਿਰ ਤਕਰੀਬਨ 1.5 ਸਾਲ ਦੇ ਬਾਅਦ ਉਹਦਾ ਫੈਸਲਾ ਆਇਆ। ਸੋ ਇਹਨਾਂ ਦੀਆਂ ਸਾਰੇ ਜਿਹੜੇ ਲੜਕੇ ਸੀ ਉਹਦੀ ਫਾਂਸੀ ਮਾਫ਼ ਹੋ ਚੁੱਕੀ ਸੀ ਇਹਨਾਂ 'ਚੋਂ। ਇਹਨਾਂ 'ਚੋਂ 11 ਲੜਕੇ ਸਾਡੇ ਪੰਜਾਬ ਦੇ, ਇੱਕ ਲੜਕਾ ਕੁਰੂਕਸ਼ੇਤਰ ਦਾ, 2 ਪਾਕਿਸਤਾਨ ਜਿਹੜੇ ਡਰਾਈਵਰ ਸੀਗੇ ਅਤੇ ਉਹ ਸੀਗੇ। ਅਤੇ ਕੱਲ੍ਹ ਜਿਹੜੇ ਬੱਚੇ ਨੇ ਇਹਨਾਂ 'ਚੋਂ 9 ਲੜਕੇ ਜਿਹੜੇ ਨੇ ਆਪਣੇ ਪੰਜਾਬ ਦੇ, 8 ਪੰਜਾਬ ਦੇ, 1 ਕੁਰੂਕਸ਼ੇਤਰ ਦਾ। ਸੋ ਇਹਨਾਂ ਨੂੰ ਇੰਡੀਆ ਲਿਆਂਦਾ ਗਿਆ ਅਤੇ ਏਅਰਪੋਰਟ ਤੋਂ ਸਿੱਧਾ ਉਹਨਾਂ ਨੂੰ ਚੇਨਈ ਲੈ ਗਏ। ਚੇਨਈ ਜਾ ਕੇ ਫਿਰ ਮਿਲਟਰੀ ਹੋਸਪਿਟਲ ਵਿੱਚ ਉਹਨਾਂ ਨੂੰ ਰੱਖਿਆ ਗਿਆ। ਕੱਲ੍ਹ ਉਹਨਾਂ ਦੇ ਟੈਸਟ ਵੀ ਹੋ ਗਏ ਸੀ। ਸੋ ਉਹਨਾਂ ਨੂੰ 14 ਦਿਨ ਲਈ ਉੱਥੇ ਰੱਖਿਆ ਜਾਏਗਾ, ਉਸ ਤੋਂ ਬਾਅਦ ਉਹਨਾਂ ਨੂੰ ਘਰੋਂ ਘਰ ਜਿਹੜਾ ਉਹ ਭੇਜ ਦਿੱਤਾ ਜਾਏਗਾ। ਬਾਕੀ ਜਿਹੜੇ ਲੜਕੇ ਰਹਿ ਗਏ ਨੇ 3, ਉਹ ਵੀ ਤਕਰੀਬਨ ਉਹ ਕਿਉਂਕਿ ਟਿਕਟਾਂ ਸੀਟਾਂ ਘੱਟ ਹੋਣ ਕਰਕੇ ਉਹ ਬੱਚੇ ਉੱਥੇ ਰਹਿ ਗਏ ਸੀ, ਅਤੇ ਜੋ ਮੇਰੀ ਗੱਲਬਾਤ ਕੀਤੀ ਹੈ ਅਤੇ ਕੁਛ ਦਿਨਾਂ ਦੇ ਅੰਦਰ ਅੰਦਰ ਹੀ ਹੈ ਉਹਨਾਂ ਬੱਚਿਆਂ ਨੂੰ ਵੀ ਜਿਹੜਾ ਉਹ ਭੇਜ ਦਿੱਤਾ ਜਾਏਗਾ। ਜਿਨ੍ਹਾਂ ਪਰਿਵਾਰਾਂ ਦੇ ਪੁੱਤਰ ਘਰ ਵਾਪਸ ਪਰਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਲਈ ਡਾਕਟਰ ਐਸਪੀ ਸਿੰਘ ਓਬਰਾਏ ਹਨੇਰੇ ਵਿੱਚ ਰੋਸ਼ਨੀ ਦੀ ਕਿਰਨ ਬਣੇ ਨੇ, ਅਤੇ ਉਹਨਾਂ ਵੱਲੋਂ ਡਾਕਟਰ ਸਾਹਿਬ ਦਾ ਧੰਨਵਾਦ ਕੀਤਾ ਗਿਆ। ਸੋ ਜਿੱਥੇ ਡਾਕਟਰ ਸਾਹਿਬ ਵੱਲੋਂ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕਰੋੜਾਂ ਰੁਪਏ ਗਰੀਬ ਲੋਕਾਂ ਉੱਤੇ ਖਰਚੇ ਜਾ ਰਹੇ ਨੇ, ਉੱਥੇ ਨਾਲ ਹੀ ਲੱਖਾਂ ਰੁਪਏ ਖਰਚ ਕੇ ਮਾਵਾਂ ਦੇ ਪੁੱਤ ਬਚਾਉਣਾ ਵੀ ਵੱਡੀ ਗੱਲ ਹੈ। ਅਤੇ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਕੀਤਾ ਗਿਆ। ਇਹ ਨਹੀਂ ਵੇਖਿਆ ਗਿਆ ਕਿ 2 ਨੌਜਵਾਨ ਪਾਕਿਸਤਾਨੀ ਨੇ, ਉਹਨਾਂ ਨੂੰ ਅਸੀਂ ਨਹੀਂ ਛੁਡਾਵਾਂਗੇ, ਬਲਕਿ ਉਹਨਾਂ ਨੇ ਜਾਤ ਪਾਤ ਤੋਂ ਉੱਤੇ ਉੱਠ ਕੇ ਇੱਕ ਸੱਚੇ ਸਿੱਖ ਹੋਣ ਦਾ ਫਰਜ਼ ਅਦਾ ਕੀਤਾ। ਡਾਕਟਰ ਐਸਪੀ ਸਿੰਘ ਓਬਰਾਏ ਦੇ ਇਹਨਾਂ ਕਾਰਜਾਂ ਨੂੰ ਪੰਜਾਬੀ ਲੋਕ ਚੈਨਲ ਵੀ ਸਲਾਮ ਕਰਦਾ। ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ।